ਇਹ ਪੱਥਰ ਨਾਲ ਕਿਉਂ ਦਾਦੇ ਨੇ ਵੇਲੇ ਨਾ ਅੱਛਾ ਯਾਨੀ ਕਿ ਜਿਹੜੇ ਪੁਰਾਣੇ ਮਕਾਨ ਸੀ ਬਿਲਕੁਲ ਬਿਲਕੁਲ ਉਸ ਉਹ ਪੱਥਰ ਮੁੜ ਦੁਬਾਰਾ ਇਸ ਹਾਂ ਬਿਲਕੁਲ ਇਹ ਪੱਥਰ ਮੁੜੀ ਨਾ ਆਰੇ ਵੀ ਕਟਾਈ ਕਰਾਈ ਨਾ ਅੱਛਾ ਤਰਤੁਲ ਗਾਜ਼ੀ ਸੁਸਾ ਜ਼ੈਦਾ ਬਿਹਤਰ ਪਤਾ ਸੀ ਸਲਤਨਤ ਉਸਮਾਨੀਆ ਤੁਰਕੀ ਦੇ ਅੰਦਰ ਦਰਬਾਨੀ ਸਮਝ ਤੋ ਸਲਤਨਤ ਉਸਮਾਨੀਆ ਤੇ ਬਾਕੀ ਜਿਹੜੇ ਜਰਮਨੀ ਇਹ ਇਕੱਠੇ ਸੀ ਤਾਦੀ ਸੇ ਪਰ ਇਹ ਹੈ ਕਿ ਅਨਫੋਰਚੂਨੇਟਲੀ ਜਿਹੜੀ ਸ਼ਿਕਸਤ ਸੀ ਉਹ ਸਲਤਨਤ ਉਸਮਾਨੀਆ ਵਾਲੇ ਜਿਹੜੇ ਇਹਨਾਂ ਕਿਉਂ ਸੀ ਯਾਨੀ बिस्मिल्लाह रहमान रहीम इब्तदा जी उसात ने ना सी जरा कदा भी तनहा ना छोड़ा है असा जी इंसान की उम्मीद करने हैं सारे भैन भरा ठीक ठाक हो सो खुशबाश हो सो तो अल्लाह ताला ने हिफ्सो अमान चो सो जी कश्मीरी विलागर हाजिर एक नया और खूबसूरत और मुनफरिद किस्म का विलाग की नींद है तुसन खिदमत विच आज असा मौजूद हैं जनाब छित्रो ना एक ग्रां आ सबका एम एल ए साहब ना एक ग्रां आ ਨਾਮ ਸੁਦ ਖਾਲਸ ਸਾਹਿਬ ਜਿਹੜਾ ਇਹਨਾਂ ਨੇ ਸੁਣਿਆ ਸੀ ਅਕਸਰ ਸਾਰੇ ਪਹਿਣਾ ਪੁਰਾਣਾ ਬਹੁਤ ਸੁਣਤਾ ਸੀ ਥੋੜਾ ਨਹੀਂ ਯਾਨੀ ਕਿ ਜੋ ਸਾਡੀ ਉਹ ਜਨਾਬ ਮਿਨਿਸਟਰ ਰੇ ਡਿਆਲ ਬਿਲਕੁਲ 10 ਸਾਲ ਦਾ ਰਹਿ ਹਕੂਮਤੀ ਬੰਦੇ ਗੁਜ਼ਾਰੇਗਾ ਉਹਨਾਂ ਦਾ ਫੇਰ ਤੇ ਨਾ ਹੋਣਾ ਨਾ ਤਾਂ ਬਣਨਾ ਹੀ ਆ ਤੇ ਅੱਜ ਉਹਨਾਂ ਨੇ ਅਸਾਂ ਗ੍ਰਾਮ ਵਿੱਚ ਮੌਜੂਦ ਹਾਂ ਲੇਕਿਨ ਇੱਥੇ ਇੱਕ ਅਸਾਂ ਬਹੁਤ ਹੀ ਯੂਨੀਕ ਚੀਜ਼ ਤੱਕ ਹੀ ਆ ਪਹਿਲੀ ਦਫਾ ਤੱਕ ਹੀ ਆ ਇਸ ਤੋਂ ਪਹਿਲੇ ਨਹੀਂ ਤੱਕੀ ਕੋਠੀਆਂ ਤੁਸਾਂ ਤੱਕੀਆਂ ਹੋ ਸਨ ਬੜੀਆਂ ਸ਼ਾਨਦਾਰ ਕੋਠੀਆਂ ਤੱਕੀਆਂ ਹੋ ਸਨ ਰੰਗ ਰੋਗਨ ਕਲਾਸ ਨਾ ਸਟਰਕਚਰ ਕਲਾਸ ਨਾ ਔਰ ਸਾਡੇ ਪਿੱਛੇ ਜਿਹੜੀ ਕੋਠੀ ਮੌਜੂਦ ਹੀ ਨਾ ਇਸਨੇ ਤਾਂ ਤਾਰੀਫ ਹੀ ਕੀਤੀ ਇਸਨੇ ਤਾਰੀਫ ਇਸ ਵਜ੍ਹਾ ਹੈ ਕਿ ਜਿਹੜਾ ਤੁਸੀਂ ਇੱਥੋਂ ਲੱਗਣਾ ਪਿਆ ਤੁਸੀਂ ਸੋਚਦੇ ਹੋ ਸ਼ਾਇਦ ਕੋਈ ਟਾਇਰ ਲੱਗੀ ਵੀ ਹੈ ਜਾਂ ਕੋਈ ਰੰਗ ਇਸ ਤਰ੍ਹਾਂ ਨਾ ਹੋਇਆ ਵਾ ਹਾਲਾਂਕਿ ਤੁਸੀਂ ਕਲੋਜ਼ ਵੀ ਵਿਊ ਦੱਸਾਂ ਆ ਇਹ ਬਟਿਆਂ ਨਹੀਂ ਲੱਗੀ ਬੰਦੀ ਪੱਥਰ ਨੇ ਟੋਟਲ ਪੱਥਰ ਇਹ ਤਾਂ ਪੱਥਰ ਮੂਮਨ ਸਾਡੀ ਸਾਈਡ ਅਕਸਰ ਜਿਹੜਾ ਨਹੀਂ ਬੰਦੇ ਪਹਾੜ ਜਿਹੜਾ ਬਣਾਉਣੇ ਨੇ ਪਹਾੜ ਪੇੜੀ ਬਣਾਉਣੇ ਲੱਗਣ ਯਾਨੀ ਕਿ ਸਾਡੇ ਪੁਰਾਣੇ ਦੌਰ ਜੋ ਨਾ ਅੱਜ ਤੋਂ 30-40 ਸਾਲ ਪਹਿਲੇ ਤੇ ਸਿੰਗਲ ਸਟੋਰੀ ਦਾ ਵਾਲਾ ਸਿੰਗਲ ਸਟੋਰੀ ਸਿਸਟਮ ਸਾ ਇਨ ਪੱਥਰਾਂ ਨਹੀਂ ਜਾਇਨ ਲਾ ਸਟੋਰੀ ਬਣਾ ਮਕਾਨ ਬਣਾ ਜਾਣੇ ਸੀ ਹੁਣੇ ਤੱਕ ਇੱਕ ਤੇ ਦੋ ਤੇ ਤਰੇ ਉੱਪਰ ਤਰੇ ਮੰਜ਼ਲ ਯਾਨੀ ਕਿ ਪਹਿਲ ਦਫਾ ਐਸਾ ਤੱਕਿਆ ਕਿ ਤਰੇ ਮੰਜ਼ਲੀ ਮਕਾਨ ਉਹ ਟੋਟਲੀ ਜਾਇਨ ਪੱਥਰ ਆਇਆ ਇਸਮਾਲ ਪੱਥਰ ਨਹੀਂ ਤਾਂ ਬਾਕੀ ਉਹਨਾਂ ਕੋਈ ਇਸਮਾਲ ਵਗੈਰਾ ਵੀ ਕੋਈ ਨਹੀਂ ਦਿਸਨੇ ਪਹਿਲੇ ਨਾ ਨਾ ਕੁਝ ਵੀ ਨਹੀਂ ਤਾਂ ਬਾਕੀ ਕੋਈ ਰੰਗ ਰੋਗਨ ਉਹਨਾਂ ਨਹੀਂ ਕੀਤਾ ਜਿਹੜੇ ਪੱਥਰਾਂ ਦੀ ਸ਼ਕਲ ਹੀ ਨਾ ਬਿਲਕੁਲ ਉਸ ਸ਼ਕਲ ਨੂੰ ਸਾਈਕ ਦੇ ਰਹੇ ਦਿੱਤਾ ਨੇ ਇਹ ਬੜੇ ਮੁਤਾਸਰ ਹੋਏ ਆ ਸ਼ਾਇਦ ਇਹ ਪੱਥਰ ਪਹਿਲੇ ਨਾ ਹੋਇਆ ਉਸੇ ਕੋਈ ਪੁਰਾਣੇ ਮਕਾਨ ਉਹਨਾਂ ਨੇ ਹੋਏ ਤਾਂ ਉਸੇ ਮੁੜੀ ਜਾਇਨ ਨਾ ਇਸਤੇਮਾਲ ਕੀਤਾ ਨੇ ਪਰ ਉਹ ਪੱਥਰ ਅਗਰ ਉਸਾਂ ਇਹ ਹੁਣ ਥੋੜਾ ਜਿਹਾ ਚਾਰ ਦੀਵਾਰੀ ਫਿਰ ਵੀ ਅੰਦਰ ਯਾਨੀ ਟੋਟਲ ਇਸ ਨੇ ਹਰ ਚੀਜ਼ ਜਿਹੜੀ ਵੀ ਹੈ ਨਾ ਹਰ ਦੀਵਾਰ ਉਹ ਪੱਥਰਾਂ ਨਹੀਂ ਹੈ ਟੋਟਲ ਜਿਹੜਾ ਇਸ ਨੇ ਕੰਮ ਆ ਉਹ ਪੱਥਰ ਨਾ ਆਇਆ ਪੱਥਰ ਨਾ ਆਇਆ ਤਾਂ ਬਾਕੀ ਤੁਸੀਂ ਕਿਸ ਨਾਲ ਵਿਊ ਕਰਾਣੇ ਆ ਤਾਂ ਉਸ ਤੋਂ ਬਾਅਦ ਇੱਥੇ ਮੇਨ ਇੱਕ ਜਿਹੜੀ ਗੱਲ ਹੀ ਉਹ ਤੁਸੀਂ ਬਾਦੀ ਬਾਣ ਆ ਹੋ ਸਕਦਾ ਸੋਚਿਆ ਹੋਰ ਪੋਇਸਨ ਸੇ ਬਾਸ ਫਿਰ ਦੱਸਨੇ ਆ ਉਹ ਸਾਂ ਪੁੱਲ ਲਾ ਤੱਕ ਇਹਦਾ ਸ਼ੌਕ ਹੋਇਆ ਸ਼ੌਕ ਵੀ ਆ ਤਾਂ ਇੱਕ ਅਹਿਸਾਸ ਨਹੀਂ ਕਰ ਜਾ ਸਕਦੇ ਅਹਿਸਾਸ ਨਹੀਂ ਕਰ ਲਿਆਲ ਵਾਸਤੇ ਖਸੂਸਨ ਛਤਰੋ ਵਾਸਤੇ ਤਾਂ ਮੈਨੂੰ ਲੱਗਦਾ ਕਿ ਤਸੀਂ ਲਿਡਿਆ ਇਹ ਛਤਰੋ ਨੇ ਸ਼ਾਇਦ ਮੁਕਾਮ ਵੀ ਲੋਕਾਂ ਕੀ ਪਤਾ ਸੀ ਪਰ ਬਾਕੀ ਜਿਹੜੇ ਸਾਨੇ ਕਸ਼ਮੀਰ ਡਿਆਲ ਨੇ ਜਿਹੜੇ ਲੋਕ ਹੈ ਉਹਨਾਂ ਕੀ ਇਸ ਕਰਾਣਾ ਕੋਈ ਅੰਦਾਜ਼ਾ ਨਹੀਂ ਵਕਫੀਅਤ ਨਹੀਂ ਹੈ ਬਿਲਕੁਲ ਪਹਿਲੇ ਕੋਠੀ ਨਸੋ ਕੀ ਵਿਊ ਕਰਾਣੇ ਆ ਤਾਂ ਉਸ ਤੋਂ ਬਾਅਦ ਅੱਗੇ ਗ੍ਰਾਂ ਜੁਲਨੇ ਆ ਖਾਲੀ ਕੋਠੀ ਜਿਹੜਾ ਨਹੀਂ ਪੱਥਰਾਂ ਨਹੀਂ ਬਣਤੀ ਵੀ ਤਾਂ ਕਿ ਜਿਹੜਾ ਨਾ ਲਾਣੇ ਨਾ ਖਪਰੈਲ ਜੀ ਤੇ ਖਪਰੈਲ ਜੀ ਤਾਂ ਅੱਜ ਕੱਲ੍ਹ ਲੱਗਣੀ ਹੈ ਤੁਸੀਂ ਕੀ ਦੱਸਨੇ ਉੱਥੇ ਵੀ ਜਨਾਬ ਆਇਆ ਨਾ ਪੱਥਰ ਲਾ ਬਿਲਕੁਲ ਇਹ ਚੀਜ਼ ਤਾਂ ਕੋ ਮਾਸ਼ਾਅੱਲਾ ਜੇ ਪੱਥਰ ਉਹ ਵਾਲਾ ਕਿਸ ਤਰ੍ਹਾਂ ਇਹ ਵਾਲਾ ਪੱਥਰ ਬਲੈਕ ਹੀ ਆ ਜੀ ਇਹ ਤੇ ਜਨਾਬ ਇਹ ਲੱਗ ਨਾ ਵੀ ਇਹ ਲੱਗ ਆਇਆ ਇਹ ਤਾਂ ਮੈਂ ਪੱਥਰ ਭੜਿਆ ਹੋ ਗਿਆ ਠੀਕ ਹੈ ਸਪੈਸ਼ਲ ਉਹ ਪੱਥਰ ਨੇ ਪੀਸ ਕੀਤੇ ਕਿ ਛੋਟੇ ਛੋਟੇ ਫਿਰ ਉਹ ਜਨਾਬ ਦਾ ਖਪਰੈਲ ਨੇ ਤੌਰ ਪਰ ਮੈਂ ਇਸਤੇਮਾਲ ਕੀਤਾ ਅੱਛਾ ਬਣਾਉਣੇ ਵਾਲਾ ਜਿਹੜਾ ਬੰਦਾ ਆ ਕੋਠੀ ਉਹ ਵੀ ਬੜਾ ਕਾਰੀਗਰ ਹੋਇਆ ਸਰ ਵਾਕਿਆ ਹੈ चलो जी जबरदस्त Oh
अपना तुसों तारुफ करो चलो ना गया मारा ना राजा तालुब से ना राजा तालुब से जी ठीक है जड़े ग्राम मल्ला चौधरियां या मल्ला राजगाना इन कितने ग्राए कारे राज्य ने कार तो कुछ आइए ही नू ऐसे कुछ जिस पास हम इसलिए रहे थे राज्य ने ठीक है ये जिले का आदमी कितने आके ऐ कुछ भी जो राज्य ने कुछ जगह चौधरियां ने नू ठीक है ਇਹ ਨਾਲ ਪਰੇ ਕੋਈ ਰਾਜੇ ਨੇ ਪਰ ਉਧਰ ਜਿਹੜਾ ਮਿਸਤਰੀ ਹਲਵਾਰ ਉਹਨੇ ਨੂੰ ਠੀਕ ਹੈ ਯਾਨੀ ਕਿ ਥੋੜੇ ਥੋੜੇ ਗ੍ਰਾਂ ਦਾ ਉਥੋਂ ਮੱਲੇ ਦੇ ਨੇ ਕਿ ਨਾ ਹਾਂ ਬਿਲਕੁਲ ਬੰਦੇ ਠੀਕ ਹੋ ਗਿਆ ਤੇ ਜਾਂ ਮੱਲਾ ਕਿਤਨੇ ਅਕਰਸੇ ਤੋਂ ਪੁਰਾਣਾ ਹੋ ਸੀ ਕੋਈ ਪਤਾ ਨਹੀਂ ਕੋ ਬੜਾ ਬੜੇ ਰਹਾ ਤੇ ਚਲੋ ਕੁਛ ਕੀ ਪਤਾ ਮੈਂ ਕੋਈ ਸਫਾ ਸਕਿਆ ਹੀ ਪੁਰਾਣਾ ਨਾ ਕੋਈ ਪੜਿਆ ਵਾ ਨਾ ਕੋਈ ਕੁਛ ਸਾਡੇ ਜਾਣ ਸਾਡੇ ਕੋਲ ਤਾਂ ਤੁਸੀਂ ਹੋਣਾ ਚਾਹੀਦਾ ਇਹ ਗੱਲ ਬਾਤ ਤੁਸੀਂ ਮੈਂ ਕੀ ਕਰਾਂ ਅੱਛਾ ਜਵਾਨੀ ਤੁਸੀਂ ਕੀ ਕਰਨਾ ਤੇ ਕਾ ਸ਼ੁਕਰ ਮੇਲਾ ਤੁਸੀਂ ਮਾਰ ਜਾ ਜਾ ਰਿਆ ਮਾਰੇ ਬਚੇ ਦੇ ਆੜੀ ਲਾਣੇ ਰਿਆ ਹੁਣ ਬਸ ਹੋਈ ਗਈ ਕੋਈ ਜਰਾ ਉਹ ਦੌਰ ਸਾ ਔਰ ਇਹ ਦੌਰ ਆ ਇਸੇ ਕੀ ਫਰਕ ਮਹਿਸੂਸ ਕਰਨੀ ਹੈ ਆਇਸ ਦੀ 30 40 ਸਾਲ ਪਿਛੇ ਜੋ ਠੀ ਇਸ ਦੌਰੇ ਉਹ ਮਾੜਾ ਬੱਚਾ ਠੀਕ ਸਾ ਕਿਸਰਾ ਉਹਲੇ ਦੇ ਆੜੀ ਕਿਹਾ ਨਹੀਂ 10 ਰੁਪਏ ਜਾਂ 20 ਰੁਪਏ ਦੇ ਆੜੋ ਨਹੀਂ ਸੀ ਅੱਛਾ ਪਹਿਲੇ ਆੜੀ ਕਿੰਨੇ ਰੁਪਏ ਸ਼ੁਰੂ ਕੀਤੀ ਤੁਸੀਂ ਸਾ ਅਸਾ ਤੇ ਜਿਹੜੀ 10 ਰੁਪਏ ਦੇ ਆੜੀ ਰਕਮ ਕਰਨੀ ਅੱਛਾ ਅੱਛਾ ਛੋੜੀ ਕਿੰਨੇ ਬੋਲ ਦੇ ਛੋੜੀ ਤਕਰੀਬਨ ਜੜਾ ਤਾਂ 600 700 ਰੁਪਏ ਦੇ ਆੜ ਦੇਣੇ ਸੀ ਜਿਹੜਾ ਉਹ ਛੋੜੀ ਬਸ ਹੀ ਹੋਈ ਆ ਜ਼ਾਰਾ ਉਮਰ ਨਾਲ ਤਕਾਜ਼ਾ ਉਮਰ ਨਾਲ ਜਿਹੜਾ ਇਹ ਮਕਾਨੋਂ ਬਣਤਾ ਪੱਥਰਾਂ ਨਾਲ ਇੱਕ ਸਮ ਮਕਾਨ ਤਾਂ ਕਿਆ ਬੜਾ ਖੂਬਸੂਰਤ ਆ ਉਧਰ ਬਣਤਾ ਜਿਹੜਾ ਪਰ ਉਹ ਕਿਦਾਂ ਅਰਸਾ ਹੋਇਆ ਬਣਤੇ ਹੋਇਆ ਇਹ ਤਾਂ ਉਹ ਪਿੱਛੇ ਜਿਹਾ ਬਣਾ ਰਹੇ ਜਾਂਦੇ ਇਹ ਚੌਧਰੀ ਰਿਆਜ਼ ਨਵਾਜ਼ ਆਪੋ ਉਧਰ ਨੂੰ ਲੈਂਦੀ ਹੋਣਾ ਅੱਛਾ ਅੱਛਾ ਇਹ ਉਹਨਾਂ ਬਣਾਇਆ ਸੀ ਕਿਤਨਾ ਕਰਸਾ ਹੋ ਗਿਆ ਸੀ ਅੰਦਾਜ਼ ਇਹ ਇਹ ਸੋਹਣਾ ਅੰਦਾਜ਼ੇ ਮਾਰੇ 10 12 ਸਾਲ ਹੋ ਗਏ 10 12 ਸਾਲ ਅਜੇ ਹੋਣ ਅੱਛਾ ਇਹ ਜਿਹੜਾ ਪੱਥਰ ਸਾ ਇਹ ਸਪੈਸ਼ਲ ਹੁਣ ਬਣਵਾਇਆ ਨੇ ਜਾਂ ਪਹਿਲੇ ਟਾਈਮ ਨਾਲ ਬਣਤਾ ਸਾ ਇਹ ਪੱਥਰ ਨਾਲ ਕਿਉਂ ਦਾਦੇ ਨੇ ਵੇਲੇ ਨਾ ਅੱਛਾ ਯਾਨੀ ਕਿ ਜਿਹੜੇ ਪੁਰਾਣੇ ਮਕਾਨ ਸੀ ਬਿਲਕੁਲ ਬਿਲਕੁਲ ਉਹ ਉਸ ਉਹ ਪੱਥਰ ਮੁੜ ਦੁਬਾਰਾ ਸੀ ਹਾਂ ਬਿਲਕੁਲ ਇਹ ਪੱਥਰ ਮੁੜੀ ਨਾ ਆਰੇ ਵੀ ਕਟਾਈ ਕਰਾਈ ਨਾ ਅੱਛਾ ਉਹ ਮੁੜੀ ਫਿਰ ਕੰਮ ਕੀਤਾ ਨੇ ਇਸ ਨਾਲ ਇਸਨੇ ਪਿਉ ਨੂੰ ਨਾ ਸਪਕਾ ਮਮਜ ਅੱਛਾ ਚੌਧਰੀ ਬਕਵਾ ਲੈਣ ਸੀ ਉਹ ਹੋਤੀ ਗਿਆ ਫਿਰ ਮੁੜਾ ਆਇਆ ਸੋ ਸਾਹਿਬ ਨੂੰ ਦਾਦੇ ਨੇ ਮਕਾਨ ਦੇ ਪਿੱਛੇ ਆਏ ਉਹਨੂੰ ਪਰੇ ਨੂੰ ਕੋਈ ਕੱਚੇ ਜਾਂ ਥੇ ਨੂੰ ਅੱਛਾ ਬਾਕੀ ਸਾਰੇ ਪਟਾਈ ਨਾਲ ਬੱਚੇ ਇਹ ਬੱਟੇ ਜਿਹੜੇ ਨਾ ਉਸ ਬਦਾ ਫਾਇ ਕਰਦੇ ਕੋਈ ਬੱਟੇ ਕੋਲ ਦਾ ਬੱਟੇ ਹੁੰਦੇ ਸੀ ਇੱਥੇ ਤੇ ਲੰਮੇ ਬੱਟੇ ਹੋਣੇ ਹਾਂ 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 ਬਿਲਕੁਲ ਉਹ ਕਟਾਈ ਨਾ ਤਾਂ ਮੁੜੀ ਇਸ ਜਿਹੜਾ ਲਵਾਈ ਜਿਹੜਾ ਲੋਕ ਰਹਾਉਣੀ ਹੈਗੀ ਤਾਂ ਕਿਤੇ ਨਾ ਤਾਂ ਕੋਈ ਕਿਸ ਤਰੀਕੇ ਨਹੀਂ ਕੋਠੀ ਬੜੀ ਸੋਹਣੀ ਕੋਠੀ ਹੈ ਕੋਠੀ ਸੋਹਣੀ ਬੰਦੀ ਚਾਚਾ ਮਤਾਸਰ ਹੋਇਆ ਆਸਾਂ ਜਾਈ ਨਾ ਉਸਕੀ ਤਕੀਦ ਹੈ ਕੋਠੀ ਬੜੀ ਸੋਹਣੀ ਬੰਦੀ ਜਿਲਾ ਇੱਕ ਕੋਠੀ ਬੰਤੀ ਹੋਈ ਸੀ ਲੋਕ ਸਪੈਸ਼ਲ ਜਾਣਾ ਹੋਇਆ ਉਸ ਨੂੰ ਤੱਕਣੇ ਦੇ ਵੇਖ ਤੱਕਣੇ ਲੋਕ ਜਾਣੇ ਜਾ ਜਾਣੇ ਤੇ ਵਾਕਿਆ ਜੀ ਨਵੀਂ ਚੀਜ਼ ਹੈ ਨਾ ਜੋ ਨਵੀਂ ਚੀਜ਼ ਹੈ ਨਾ ਚਾਚਾ ਬਣਾਉਣ ਵਾਲੇ ਕੋਥਾਂ ਨੇ ਸੇ ਜਿਨ੍ਹਾਂ ਬਣਾਈ ਹੈ ਕੋਈ ਬੰਦੇ ਉਹ ਵੀ ਕਾਰੀਗਰ ਹੋਏ ਉਸ ਨੂੰ ਤਾਂ ਇਤਨੀ ਸੋਹਣੀ ਬੰਤੀ ਨਾ ਇਹ ਲਵਾਰਨ ਨੇ ਮੋੜੇ ਦਾ ਫੀਕਾ ਮਿਸਤਰੀ ਆ ਇਤਨਾ ਹੈ ਇਤਨਾ ਲਵਾਰਨ ਮੋੜਾ ਉਸ ਨੇ ਕੰਮ ਕੀਤਾ ਬਣਾਈ ਸੀ ਜ਼ਬਰਦਸਤ ਅੱਛਾ ਅੱਛਾ ਬੋੜਾ ਸਾਸ ਨਾਲ ਆ ਪਾਉਂਦਾ ਠੀਕ ਠੀਕ ਕਿਦਾਂ ਐਸੇ ਜ਼ਿਆਦਾ ਬਣਾਈ ਗਈ ਇਹ ਤੇ ਕਿਵੇਂ ਲੱਗੀ ਗਿਆ ਸਰ ਸਾਹ ਲੱਗੀ ਗਿਆ ਫਿਰ ਕੁਝ ਨਹੀਂ ਲਾਇਆ ਜੀ ਅੱਜ ਦਾ ਇਤਨਾ ਅੱਜ ਦਾ ਇਤਨਾ ਨਹੀਂ ਬਣਾਉਣੇ ਇਤਨਾ ਟਾਈਮ ਲੱਗਿਆ ਸਾਲ ਪੂਰਾ ਲੱਗੀ ਗਿਆ ਸਰ ਕੁਝ ਲਾਈ ਮੁੜੀ ਜਿਹੜੀ ਬ੍ਰਹਮਤ ਕੀਤੀ ਸਾਰ ਬ੍ਰਹਮਤ ਕੀ ਜੀ ਮੁੜੀ ਆਪੋ ਆਈ ਗਈ ਵੀ ਜੀ ਭੈਣੋ ਭਰਾ ਹੋ ਗਿਆ ਸਰ ਗ੍ਰਾਂ ਚਾਹੀਦੇ ਸਾ ਤਾਂ ਇੱਕ ਹੋਰ ਚੀਜ਼ ਤੱਕ ਜਿਹਨਾਂ ਸਾ ਇੰਟਰੋ ਜ਼ਿਕਰ ਕੀਤਾ ਸਾ ਤੁਸੀਂ ਕਿ ਬਾਣੇ ਜੁਲਾ ਕੇ ਅਸਾਂ ਮੌਜੂਦ ਹਾਂ ਇੱਕ ਐਸੇ ਗ੍ਰਾਂ ਵਿੱਚ ਜਿਸ ਤੁਹਾਨੂੰ ਇਹ ਤੋਂ ਇਸ ਅੰਦਾਜ਼ਾ ਲੈ ਕੇ ਨਾ ਸੀ ਕਿ ਜਿਸ ਗ੍ਰਾਂ ਨੇ 32 ਲੋਕਾਂ ਇੱਕ ਜੰਗ ਵਿੱਚ ਸ਼ਿਰਕਤ ਕਰੀ ਉਹ ਜੰਗ ਕਿਹੜੀ ਸੀ ਜੰਗ ਅਜ਼ੀਮ ਅਵਲ ਜੰਗ ਅਜ਼ੀਮ ਅਵਲ ਤੁਸੀਂ ਜਿਹੜੇ ਬੰਦੇ ਤੁਹਾਡੀ ਤਾਰੀਖ ਨਾ ਇੰਟਰਸਟ ਰੱਖਣੇ ਜਾਂ ਜਿਨ੍ਹਾਂ ਆਪਣੇ ਜ਼ਮਾਨੇ ਕੋਲ ਮੁਤਾਲਾ ਪਾਕਿਸਤਾਨ ਵਿੱਚ ਪੜਿਆ ਹੋ ਸੀ ਕਿ ਜੰਗ ਅਜ਼ੀਮ ਅਵਲ 1914 ਸ਼ੁਰੂ ਹੋਈ ਸੀ ਤੇ ਦੋ ਇਤਾਦੀਆਂ ਨਾ ਕੋਈ ਦੋ ਮੁਲਕ ਨਹੀਂ ਸੀ ਫਰਾਂਸ ਤੇ ਹੰਗਰੀ ਤੇ ਉਸ ਤੋਂ ਬਾਅਦ ਇੰਗਲੈਂਡ ਇਹ ਸਾਰੇ ਮੁਲਕ ਇੱਕ ਤਰਫ ਸੇ ਤੇ ਤੁਰਕੀ ਸਾੜਾ ਉਸ ਤੋਂ ਬਾਅਦ ਜਰਮਨੀ ਤੇ ਇੱਕ ਆਦ ਹੋਰ ਮੁਲਕ ਸਾ ਇਹ ਇਕੱਠੇ ਸੀ ਚਾਰ ਕਿੱਧਰ ਸੇ ਪ੍ਰਚਾਰ ਉਧਰ ਸੇ ਤੇ ਬਾਕੀ ਅਰਤੁਲ ਗਾਜ਼ੀ ਸੂਸਾ ਜ਼ਿਆਦਾ ਬਿਹਤਰ ਪਤਾ ਸੀ ਸਲਤਨਤ ਤੇ ਉਸਮਾਨੀਆ ਤੁਰਕੀ ਦੇ ਅੰਦਰ ਤੇ ਉਹ ਸਲਤਨਤ ਤੇ ਉਸਮਾਨੀਆ ਤੇ ਬਾਕੀ ਜਿਹੜੇ ਜਰਮਨੀ ਇਹ ਇਕੱਠੇ ਦੀ ਤਾਦੀ ਸੀ ਪਰ ਇਹ ਹੈ ਕਿ ਅਨਫੋਰਚੁਨੇਟਲੀ ਜਿਹੜੀ ਸ਼ਿਕਸਤ ਸੀ ਉਹ ਸਲਤਨਤ ਤੇ ਉਸਮਾਨੀਆ ਵਾਲੇ ਜਿਹੜੇ ਇਨਕਿਓ ਸੀ ਯਾਨੀ ਤੁਰਕੀ ਦੀ ਸ਼ਿਕਸਤ ਹੋਈ ਸੀ ਉਸ ਤੋਂ ਬਾਅਦ ਫਿਰ ਤਹਿਰੀ ਖਿਲਾਫਤ 1919 ਜਾਈ ਸ਼ੁਰੂ 1919 ਬਲਕਿ ਜਾਇਨਾ ਇਹ ਖਤਮ ਹੋਈ ਸੀ ਨਾ ਅੱਜ ਤੱਕ 4-5 ਸਾਲ ਨਾਲ ਜੁੜੀਆਂ ਰਿਹਾ ਤੇ ਖਿਲਾਫਤ 1919 ਬਲਕਿ ਇਹ ਹੋਇਆ ਹੀ ਐਸਾ ਕਿ ਤੁਰਕੀ ਦੀ ਸ਼ਿਕਸਤ ਹੋਈ ਸੀ ਨਾ ਤਾਂ ਫਿਰ ਉਹ ਤਹਿਰੀ ਕੇ ਖਿਲਾਫਤ ਐਸੀ ਜਿੱਤਾ ਹੋਇਆ ਗਿਆ ਜੀ ਕਿ ਮਦੀਨਾ ਮੁਨਵਰਾ ਤੇ ਬਾਕੀ ਖਿਲਾਫਤ ਨਾ ਇਦਾਰਾ ਕਾਇਮ ਰਹੀ ਸੀ ਠੀਕ ਹੈ ਕਿਉਂਕਿ ਜੰਗ ਸ਼ਿਕਸਤ ਹੋਈ ਗਈ ਸੀ ਫਿਰ ਮੁਕੱਦਸ ਮੁਕਾਮਾਤ ਦੀ ਹਿਫਾਜ਼ਤ ਵਾਸਤੇ ਤਹਿਰੀ ਖਿਲਾਫਤ ਹੋਈ ਹੈ ਆਓ ਮੁਸਲਮਾਨਾਂ ਵਾਸਤੇ ਬਾਕੀ ਜੁਲੀ ਸੋਈ ਸੇ ਦੱਸਣਿਆ ਸੇ ਪਤਾ ਕੁਛ ਲਗਾ ਐ ਤਾਂ ਕੋ ਲਿਖਿਆ ਐਰਾ ਬਿਲਕੁਲ ਇਹ ਗੱਲ ਇਹ ਹੁਣ ਇੰਗਲਿਸ਼ ਲਿਖਿਆ ਫਰੋਮ ਦਿਸ ਵਿਲੇਜ 32 ਮੈਨ ਵੈਂਟ ਟੂ ਦਾ ਗ੍ਰੇਟ ਵਾਰ 1914-1919 ਜੀ ਯਾਨੀ ਕਿ ਇਹ ਬਾਈ ਸਕਨੇ ਹੋ ਕਿ ਛਤਰੋ ਨੇ ਬੰਦੇ ਜੀ ਪੰਜ ਬੰਦੇ ਇਸ ਇਲਾਕਾ ਜੋ ਮਲਾ ਚੌਧਰੀਆਂ ਆ ਹਾਂ ਇਸ ਨੇ 32 ਬੰਦੇ ਜਾਇਨਾ ਉਸ ਜੰਗ ਵਿੱਚ ਜੰਗ ਅਜ਼ੀਮ ਵਿੱਚ ਸ਼ਿਰਕਤ ਕੀਤੀ ਤੇ ਉਹਨਾਂ ਜੋ ਪੰਜ ਜਿਹੜੇ ਉਹ ਸ਼ਹੀਦ ਵੀ ਹੋਏ ਸੀ ਬੜੀ ਜ਼ਬਰਦਸਤ ਚੀਜ਼ ਸੀ ਜੀ ਬੱਚੀ ਆਏ
ਬਚੀ ਗਏ ਬਾਕੀ ਇਜਾਜ਼ ਇਹ ਆਸਾਂ ਹੈ ਕਿ ਇਜਾਜ਼ ਇਜਾਜ਼ ਨਹੀਂ ਗੱਲ ਇਹਨਾਂ ਦੀ ਜੰਗ ਅਜ਼ੀਮ ਅਵਲ ਕਤਾਵਾਂ ਚ ਪੜੀ ਹੈ ਹਾਲੀ ਅਸੀਂ ਇਹ ਨਹੀਂ ਪਤਾ ਕਿ ਅਸਾਂ ਉਸ ਜੰਗ ਅਜ਼ੀਮ ਅਵਲ ਨਾਲ ਸਾਰੇ ਹਾਂ ਯਕੀਨਾਂ ਨੇ ਸਲਤਨਤ ਉਸਮਾਨੀਆਂ ਦੀ ਤਰਫੋਂ ਲੜੇ ਉਸ ਨੂੰ ਜ਼ਾਹਿਰ ਹੈ ਮੁਸਲਮਾਨ ਸੇ ਮੁਸਲਮਾਨਾਂ ਦੀ ਤਰਫੋਂ ਲੜੇ ਉਸ ਬੜੀ ਖਾਸ ਗੱਲ ਸੀ ਪਹਿਲੀ ਦਫਾ ਬੁੱਝੀ ਹੈ ਤੁਸੀਂ ਵੀ ਪਹਿਲੀ ਦਫਾ ਸੁਣਤੀ ਹੋਸੀ ਹੈ ਅਸਾਂ ਵਾਸਤੇ ਬੜੀ ਇੰਟਰਸਟਿੰਗ ਗੱਲ ਬਾਤ ਸੀ ਬੜੀ ਇੰਟਰਸਟਿੰਗ ਤੇ ਬਾਕੀ ਹੈ ਕਿ ਇਸ ਉਹ ਜਿਸ ਹਵੇਲੀ ਨਾਲ ਸਾਂ ਇੰਟਰੋ ਜ਼ਿਕਰ ਕੀਤਾ ਸਾਂ ਉਸ ਹਵੇਲੀ ਨੇ ਬਾਹਰ ਹੀ ਲਗਾਉਣੀ जबरदस्त मैं जिस बंदे की कोठी है ना उस अपनी उधर पुरानी तारीख ते नाल उधर साड़ी तारीख भी रखी हुई है जड़ी मैं तारीख हिस्ट्री है याद हां भेणो ते प्रो ग्रां ससो की फेरया या ते बाकी काफी भेणा भरा संगी आने से के किया के टीचर हो ते जाने जना कोई मैसेज कोई पैगाम लाजमी दिया करो बिल्कुल जी आज ने जड़ी साडी वीडियो ना एंड ओ इस हदीस ने मफूम नाला के नबी करीम सल्लल्लाहु अलैहि वसल्लम ने फरमाया जे सदका करया करो सहबाज की यार सलम सदका जो गरीब लोग है सदका किस तरह देना यानी कि उन्होंने नजर ऐसा कि रुपये पैसा जरा इसने सदका होना है तो आप सलम ने फरमाया जरूरी नहीं है कि तुस माल रुपया खर्च करो खजूर ना एक खजूर देड़ो वो भी सदका है मुस्कराई तो मुसलमान भाई ना मिलना भी सदका है नुकसानदेह चीज़ जी है और रस्ते उठाना वो भी सदका ही है अपने मुसलमान भाई की अच्छा मशवरा देना यह भी सदका ही है यानी कि अपने मुसलमान भाई की भलाई चाहना भी जरा इन्हें सदका ही है यानी कि अजकल जरा इन्हें असं आखो ये चीज़ा संतोष ज्यादा दूर होने दूर होने जाने ठीक है असं यानी कि मकसद है समझा कि पैसा ये वगैरह ही है बिल्कुल कोशिश करो कि कुसै जरा कोई भैन भ्रा मिले तो तुम उसने मुस्कराई तकी ओड़ो मुस्कराई तो मिले एक अमूमन जिंदगी इस तजर्बा भी करी गो कि जे तुम कुछ लड़ाई हो जानी कोई सारे मामलात हो जाने या कोई बंदा इस सोच ना आ रहा कि उस झगड़ना या कुछ मामले बहस करनी बिल्कुल जे तुम पहली गल सलामती सलाम लाजमी देसो उस तो बाद मुस्कराई तक की उड़सो तो उस गुस्सा वैसे ठंडा हो सलामती तो याद है गल लम्मी हो जानी है फिर कि सलामती तो याद है कि अस अक्सर आखी होने असलम इस मतलब समझने या इसने गौर व फिक्र करने इसका मतलब होना तुम पर सलामती हो लेकिन दिल बच्च असा जरा इन्ना क्या होना या असा की पता होना कि असा क्या होना है अक्सर असा मसल महफुल बैठी होनी सारे उत्थे मतलब है कोई कहना होना बंदे नहीं कुसा वजह तू नचाकी हो जानी बंदा असलाम वालेकुम आही होना उस शायद जिस बंदे ने नचाकी हुआ उत्थे बैठा हुआ तो उसने सलामती भेजी उड़ी है फिर तुम इच्छा ही ना कि उसने तू इना बूझ नहीं रखो बूझ ना रखो ठीक है फिर उसने नचाकी जी है और दूर करो पर ऐसे काफी बंदियां की नहीं मतलब नहीं बताना सही के इसकी आहो के मतलब कर समझी तो कर सही फॉर्मेलिटी तो भाई ये नहीं के जाए ना ये आखना जी उन वाजिब है जिस नाम आही जी बाकी है के चलो वीडियो लंबी होनी पे सारे भेणा भरा खुश रहो ते अपना भी ख्याल रखो ते बाकी भेणा भरा भी ख्याल रखो प्यारियां ख्याल रखो ते इंशाल्लाह नेक्स्ट व्लॉग मिलने उस वेले जी फी अमान अल्लाह।